Press the bell icon and never miss a video from newsnumber.com. कैमरा घुमाया जाए सारे यार, थोड़ा एनर्जी। पैसों के पेड़ के पार्टिसिपेंट्स हैं ये सब, शक्ल से चाहे थोड़े थके हुए लग रहे हैं पर फिर भी एनर्जी पूरी कायम है। तो चलो एक एक करके इन सबसे पूछते हैं कि हाउ इज द फीलिंग। आज पहला दिन इनका निकल गया है, अब दो दिन और हैं और तीसरे दिन यानी कि संडे को फाइनली हम सभी को मिल जाएगा जलंधर का पहला पैसों के पेड़ का हमारा विनर। तो पूछते हैं इनसे, देखते हैं कि किसमें जज्बा है और किसको लग रहा है कि वो फाइनली जीत ही जाएगा, जलंधर में हिस्ट्री कायम करेगा। अच्छा, सबसे पहले आपसे। सत श्री अकाल जी, मेरा नाम प्रबलीन कौर है, मैं जलंधर लोकल जलंधर तो ही हाँ। तो मेरा इस पार्टिसिपेट करने का मकसद सिगा कि मैं अपने मम्मा नू मतलब उन्होंने इन्ना क है ना मैं कुछ करके दिखाना चाहनी हाँ। उन्होंने सवेरे जो आए थे ना लैन आए थे
ਉਦੋਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਮੈਨੂੰ ਸਾਰੇ ਕਹਿੰਦੇ ਸੀਗੇ ਕਿ ਹੈ ਨਾ ਤੇਰੇ ਤੋਂ ਕੁੜੀਆਂ ਆ ਹੈ ਨਾ, ਅਤੇ ਪਰ ਉਹਨਾਂ ਨੇ ਕਿਹਾ ਹੁਣ ਮੈਂ ਹੈ ਨਾ ਹਿੱਕ ਤਾਣ ਕੇ ਕਹਿ ਸਕਦੀ ਹਾਂ ਮੇਰੀਆਂ ਦੋ ਕੁੜੀਆਂ ਆ। ਆਈ ਐਮ ਸੋ ਪ੍ਰਾਊਡ ਆਫ ਯੂ, ਤਾਲੀਆਂ ਯਾਰ। ਲੜਕੀਆਂ ਵੀ ਕਿਸੇ ਸੇ ਕਮ ਨਹੀਂ ਹੋਤੀ, ਐਂਡ ਪਲੀਜ਼ ਯੇ ਚੀਜ਼ ਕੋ ਪ੍ਰੂਵ ਕਰਕੇ ਦਿਖਾਨਾ ਐਂਡ ਮੇਕ ਯੋਰ ਮੋਮ ਪ੍ਰਾਊਡ। ਅੱਛਾ ਤੋ ਆਪਕੀ ਕੋਈ ਹੈ ਬਈ ਸਟ੍ਰੈਟਜੀ, ਕਿਸ ਤਰ੍ਹਾਂ ਜੀਤੇਂਗੀ ਆਪ ਪੈਸੋ ਕਾ ਪੇੜ ਔਰ ਇਸ ਪੇੜ ਕੋ ਆਪਣਾ ਬਣਾਏਂਗੀ? ਆਪਣੇ ਆਪ ਸੇ ਕੰਪਟੀਸ਼ਨ ਹੈ, ਸਟ੍ਰੈਟਜੀ ਆਪਣੇ ਆਪ ਕਾ ਬੈਸਟ ਦਿਨ ਹੈ ਔਰ ਬਾਕੀ ਹਰ ਕੋਈ ਕੰਪਟੀਸ਼ਨ ਲੜ ਰਿਹਾ, ਠੀਕ ਹੈ ਅੱਛਾ ਹੈ, ਪਰ ਮੇਨ ਮੇਰਾ ਆਪਣੇ ਆਪ ਸੇ ਹੈ ਕਿ ਆਪਣੇ ਆਪ ਕੋ ਕੈਸੇ ਐਕਸਪਲੋਰ ਕਰਨਾ ਔਰ ਕਿਆ ਐਕਸਪੀਰੀਅੰਸ ਕਰਨਾ, ਦੈਟਸ ਆਲ। ਪਤਾ ਹੀ ਨਹੀਂ ਥਾ ਪਹਿਲੇ ਕਿ ਕਿਆ ਕਰਨਾ ਤੋ ਕਿਆ ਸਟ੍ਰੈਟਜੀ ਬਣਾਤੇ, ਯਹਾਂ ਆ ਕੇ ਪਤਾ ਚੱਲ ਰਿਹਾ ਕਿ ਹਾਂ ਕਿਸ ਤਰ੍ਹਾਂ ਕੇ ਟਾਸਕ ਪਰਫੋਰਮ ਕਰਵਾ ਰਹੇ ਹੈ। ਸੋ ਲੈਟਸ ਸੀ, ਜੋ ਹੈ ਆਪਣਾ 100% ਦੋ, ਆਪਣਾ ਬੈਸਟ ਦੋ, ਮੇ ਦ ਬੈਸਟ ਵਨ ਵਿਨਸ। ਮੈਮਰੀਜ਼ ਬਣਾ ਰਿਹਾ ਜੋ ਮੈਂ ਫਿਊਚਰ ਮੈਂ ਯਾਦ ਕਰੇਂਗੇ, ਥੋੜ੍ਹਾ ਪ੍ਰਾਊਡ ਹੋਗਾ ਮੈਨੂੰ ਤਾਂ, ਬਿਜ਼ੀ ਸੈਲੀਬ੍ਰਿਟੀ ਵਾਲੀ ਫੀਲਿੰਗ ਆ ਰਹੀ ਹੈ। ਅਬ ਰਾਤ ਕੋ ਸੋਨੇ ਕਾ ਟਾਈਮ ਆ ਗਿਆ, ਕਿਸ ਕੋ ਆਪਣੇ ਘਰ ਕਾ ਮੈਟ੍ਰੇਸ ਸਭ ਤੋਂ ਜ਼ਿਆਦਾ ਯਾਦ ਹੈ? ਇਹ ਸਾਰੇ ਆ ਰਹੇ, ਮੈਂ ਸਮਝ ਸਕਤੀ ਹੂੰ ਕੰਪਲੀਟਲੀ। ਹੋ ਰਹਾ ਕੋਈ ਬਾਤ ਨਹੀਂ, ਯਹੀ ਤੋ ਹੈ ਆਪਕੇ ਸੰਯਮ ਕੀ ਆਪਕੇ ਪੇਸ਼ੈਂਸ ਕਾ ਟੈਸਟ ਹੈ ਯੇ। ਐਸੇ ਤੋ ਇਤਨੀ ਆਸਾਨੀ ਸੇ ਤੋ ਮਿਲਨੇ ਵਾਲੇ ਹੈ ਨਹੀਂ 2 ਲੱਖ। ਮੁਝੇ ਯੇ ਸ਼ੋਅ ਜੀਤਨੇ ਕੇ ਬਾਅਦ ਚੰਬਾ ਘੁੰਮਨੇ ਜਾਣਾ ਹੈ ਇੱਕ ਵਾਰ ਦੁਬਾਰਾ ਸੇ, ਤੋ ਉਸਕੇ ਲਈ ਇੱਕ ਸੌਂਗ ਗਾ ਦੂੰ? ਮਾਏ ਨੀ ਮੇਰੀ ਸ਼ਿਮਲੇ ਦੀ ਰਾਹੇ ਚੰਬਾ ਕਿਤਨੀ ਕ ਦੂਰ, ਮਾਏ ਨੀ ਮੇਰੀ ਸ਼ਿਮਲੇ ਦੀ ਰਾਹੇ ਚੰਬਾ ਕਿਤਨੀ ਕ ਦੂਰ। ਸੋ ਜਿੱਦਾਂ ਕਿ ਹੁਣੇ ਨਵੇਂ ਮੈਡਮ ਨੇ ਉੱਧਰ ਗੱਲ ਕੀਤੀ ਕਿ ਕੁੜੀਆਂ ਦੇ ਮੂੰਹ ਥੋੜ੍ਹੇ ਥੋੜ੍ਹੇ ਉੱਤਰੇ ਉੱਤਰੇ ਲੱਗ ਰਹੇ, ਥੱਕੀਆਂ ਥੱਕੀਆਂ ਲੱਗ ਰਹੀਆਂ, ਬਟ ਮੈਨੂੰ ਇੱਧਰ ਬੋਇਜ਼ ਦੇ ਹਲੇ ਵੀ ਉੱਤਰੇ ਹੋਏ ਨਹੀਂ ਲੱਗ ਰਹੇ, ਪੂਰੇ ਐਕਟਿਵ ਲੱਗ ਰਹੇ ਨੇ, ਕਿਉਂ ਮੈਂ ਸਹੀ ਕਿਹਾ ਕਿ ਨਹੀਂ ਕਿਹਾ? ਦੇਖਿਆ ਫਿਰ ਇੱਧਰ ਇਹਨਾਂ ਦੇ ਹਲੇ ਵੀ ਪੂਰੀ ਪੂਰੀ ਐਕਸਾਈਟਮੈਂਟ ਹੈ, ਹਲੇ ਵੀ ਪੂਰੀ ਪੂਰੀ ਐਨਰਜੀ ਹੈਗੀ ਹੈ, ਇੱਕ ਵਾਰੀ ਫੇਰ ਹੋ ਜਾਵੇ ਆਪਣੇ ਵਾਸਤੇ। ਦੇਖੋ ਹਲੇ ਤੱਕ ਗੂੰਜ ਚੱਲ ਰਹੀ ਪੂਰੇ ਮਾਲ ਦੇ ਵਿੱਚ ਇਹਨਾਂ ਦੀ। ਸੋ ਸਭ ਤੋਂ ਪਹਿਲੇ ਤੁਹਾਡੇ ਨਾਮ? ਮੇਰਾ ਨਾਮ ਗੁਰਸਾਹਿਬ ਹੈ ਜੀ। ਸੋ ਅਸੀਂ ਮਤਲਬ ਟੋਪ 22 ਦੇ ਵਿੱਚ ਸਿਲੈਕਟ ਹੋਏ ਸੀਗੇ, ਜੋ ਕਿ ਹੁਣ ਪੂਰੇ 10 ਘੰਟੇ ਹੋ ਚੁੱਕੇ ਸਾਨੂੰ ਇੱਥੇ ਪੈਸੋ ਕੇ ਪੇਟ ਦੇ ਨਾਲ ਚਿਪਕੇ ਹੋਏ। ਸੋ ਇੱਦਾਂ ਹੀ ਚਿਪਕੇ ਰਹਾਂਗੇ, ਅੱਗੇ ਵੀ ਟਾਸਕ ਕੰਪਲੀਟ ਕਰਾਂਗੇ ਅਤੇ ਫਾਈਨਲ ਤੱਕ ਪਹੁੰਚਾਂਗੇ। ਜਿੱਦਾਂ ਬਚਪਨ ਦੇ ਵਿੱਚ ਕਿਹਾ ਜਾਂਦਾ ਸੀਗਾ ਜਦੋਂ ਪੇਰੈਂਟਸ ਘਰ ਦੇ ਕਹਿੰਦੇ ਸੀ ਕਿ ਪੈਸੇ ਪੇੜ 'ਤੇ ਉੱਗਦੇ, ਅੱਜ ਤੁਹਾਨੂੰ ਲੱਗ ਰਿਹਾ ਕਿ ਸਾਡੇ ਸੱਚੀ ਪੈਸੇ ਪੇੜ 'ਤੇ ਉੱਗੇ ਪਏ ਹੋਏ? ਅਜੇ ਮੈਂ ਘਰੇ ਦੱਸਿਆ ਨਹੀਂ, ਮੈਂ ਪਾਰਟੀਸਪੇਟ ਕੀਤਾ, ਕਿਸੇ ਨੂੰ ਪਤਾ ਨਹੀਂ ਹੈ ਮੇਰੀ ਫੈਮਿਲੀ ਦੇ ਵਿੱਚ। ਸੋ ਜਿੱਦਣ ਉਹਨਾਂ ਨੂੰ ਪੇੜ 'ਤੇ ਲੱਗੇ ਪੈਸੇ ਦਿਖਾਊਂਗਾ, ਫਿਰ ਉਹਨਾਂ ਨੂੰ ਯਕੀਨ ਹੋ ਜੂਗਾ ਕਿ ਹਾਂ ਸੱਚੀ ਲੱਗਦੇ ਆ। ਜਿੱਦਣ ਆਪਾਂ ਆਪਣੀ ਇਹ ਵੀਡੀਓ ਦਿਖਾਵਾਂਗੇ ਨਾ, ਮਤਲਬ ਸਾਰੇ ਟੈਲੀਕਾਸਟ ਹੋਏਗੀ, ਉਦੋਂ ਤੁਹਾਡੇ ਘਰ ਦੇ ਆਪਣੇ ਆਪ ਦੇਖ ਲੈਣਗੇ ਕਿ ਤੁਸੀਂ ਪੈਸਿਆਂ ਦੇ ਪੇੜ ਦੇ ਥੱਲੇ ਤੁਸੀਂ ਬੈਠੇ ਹੋਏ ਹੋ। ਹਾਂਜੀ ਹਾਂਜੀ ਜ਼ਰੂਰ। ਅਤੇ ਤੁਸੀਂ ਕੀ ਕਰਨਾ ਚਾਹੋਗੇ 2 ਲੱਖ ਰੁਪਏ 'ਚ? ਮੰਨ ਲਓ ਤੁਸੀਂ ਜਿੱਤਦੇ ਹੈਗੇ ਤਾਂ ਕੀ ਕਰੋਗੇ 2 ਲੱਖ ਦਾ? ਸਰ ਮੈਂ 1 ਲੱਖ ਰੁਪਿਆ ਅਤੇ ਆਪਣੇ ਬਿਜ਼ਨਸ 'ਤੇ ਲਾਊਂਗਾ ਅਤੇ 1 ਲੱਖ ਰੁਪਿਆ ਜੋ ਗਰੀਬ ਬੱਚੇ ਆ ਉਹਨਾਂ ਦੀ ਮਦਦ ਕਰੂੰਗਾ। ਕਿਹੜਾ ਬਿਜ਼ਨਸ ਤੁਸੀਂ ਆਪ ਸ਼ੁਰੂ ਕਰਨਾ ਚਾਹੁੰਦੇ ਹੈਗੇ? ਮੈਂ ਈਵੈਂਟ ਔਰਗਨਾਈਜ਼ ਕਰਦਾ ਵਾਂ ਅਤੇ ਮੈਂ ਆਪਣੀ ਈਵੈਂਟ ਕੰਪਨੀ ਆਪਣੀ ਖੋਲ੍ਹਣਾ ਚਾਹੁੰਦਾ। ਅਤੇ ਤੁਸੀਂ ਕੀ ਕਰੋਗੇ? ਭਾਈ ਸਿੰਗਲ ਟਰੈਕ ਹੀ ਕਢਾਵਾਂਗੇ ਆਪਾਂ। ਤੇ ਇੱਕ ਵਾਰੀ ਗਾਣਾ ਹੋ ਜਾਵੇ ਫਿਰ। ਹੋ ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ, ਵੈਰੀ ਫਿਰ ਸਾਨੂੰ ਲਲਕਾਰਦੇ ਨੇ, ਬਾਜਾ ਵਾਲਿਆ ਬਾਜ ਨੂੰ ਭੇਜ ਮੁੜ ਕੇ, ਹੋ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ, ਸਾਡੇ ਪਿਤਾ ਨੇ ਧਰਮ ਲਈ ਸੀਸ ਦਿੱਤਾ ਤੇ ਅਸੀਂ ਪੈਰ ਨੀ ਗੈਰ ਨੂੰ ਪਾਉਣ ਦੇਣਾ, ਹੋ ਪੈਰ ਪੈਰ ਤੇ ਦਿਆਂਗੇ ਸੀਸ ਆਪਣੇ, ਹੋ ਚੱਪਾ ਧਰਤੀ ਦਾ ਹੱਥੋਂ ਨੀ ਜਾਣ ਦੇਣਾ, ਚੱਪਾ ਧਰਤੀ ਦਾ ਹੱਥੋਂ ਨੀ ਜਾਣ ਦੇਣਾ। ਕਿਆ ਬਾਤ ਹੈ! ਸੋ ਇਹਨਾਂ ਨਾਲ ਗੱਲ ਕਰਦੇ ਹੈਗੇ, ਇਹ 2 ਲੱਖ ਰੁਪਏ 'ਚ ਜਿੱਤੂਗੇ ਤਾਂ ਕੀ ਕਰੋਗੇ? ਪਹਿਲਾਂ ਤਾਂ ਮੈਨੂੰ ਇਹ ਦੱਸੋ, ਤੁਹਾਨੂੰ ਅੱਜ 10 ਘੰਟੇ ਇੱਥੇ ਤੁਹਾਨੂੰ ਹੋ ਗਏ ਹੋਏ, ਕਿੱਦਾਂ ਦਾ ਫੀਲ ਆ ਰਿਹਾ ਤੁਹਾਨੂੰ? ਫੀਲ ਤਾਂ ਕੁਛ ਨਹੀਂ, ਹਾਲੇ ਤੱਕ ਆ ਰਿਹਾ, ਪੂਰੀ ਐਨਰਜੀ ਹੈਗੀ ਆ, ਹਾਲੇ ਤਾਂ ਮੈਂ ਕਹਿੰਦਾ ਮੇਰੇ ਹਿਸਾਬ ਦਾ ਹਾਲੇ ਸਟਾਰਟ ਵੀ ਨਹੀਂ ਹੋਇਆ ਹੈਗਾ। 3 ਦਿਨ ਦਾ ਪ੍ਰੋਗਰਾਮ ਹੈ ਅਤੇ 10 ਘੰਟੇ ਬੀਤ ਚੁੱਕੇ ਅਤੇ ਇਹਨਾਂ ਵਾਸਤੇ ਹਾਲੇ ਸਟਾਰਟ ਵੀ ਨਹੀਂ ਹੋਇਆ ਹੈਗਾ, ਤਾਂ ਥੋੜ੍ਹਾ ਜਿਹਾ ਮੂਡ ਔਫ ਵੀ ਹੋ ਗਿਆ। ਸਾਡੇ ਯਾਰ ਦੋਸਤ ਜਿਹੜੇ ਸੀਗੇ ਖਾਸ ਸਾਡੋਂ, ਉਹ ਸਾਨੂੰ ਛੱਡ ਕੇ ਚਲੇ ਗਏ, ਤਾਂ ਇਸ ਚੀਜ਼ ਦਾ ਜ਼ਿਆਦਾ ਦੁੱਖ ਹੈਗਾ ਸਾਨੂੰ। ਬਟ ਹੁਣ ਆਪਾਂ ਦੇਖਦੇ ਹਾਂ ਸਾਡੇ ਜੱਜਸ ਕਿਹੜੇ ਕਿਹੜੇ ਟਾਸਕ ਕਰਾਉਂਦੇ ਹੈਗੇ, ਆਪਾਂ ਕੋਸ਼ਿਸ਼ ਕਰਾਂਗੇ ਬੈਟਰ ਆਪਾਂ ਉਹਨਾਂ ਰਿਸਪੋਂਸ ਦੇਈਏ। ਅਤੇ ਇਹ ਉਹਨਾਂ ਦੇ ਬੈਟਰ ਰਿਸਪੋਂਸ ਵਾਸਤੇ ਇੱਕਦਮ ਤਿਆਰ ਹੈਗੇ ਆ, ਅਤੇ ਮੈਂ ਇਹ ਪੁੱਛਣਾ ਚਾਹੂੰਗਾ ਤੁਸੀਂ 2 ਲੱਖ ਦਾ ਕਰੋਗੇ ਕੀ? 2 ਲੱਖ ਦਾ ਪਹਿਲਾਂ ਤਾਂ ਸਾਡੀ ਫੈਮਿਲੀ ਹੈਗੀ ਆ ਸਾਰੀ, ਇਹਨਾਂ ਨੂੰ ਪਾਰਟੀ ਦੇਵਾਂਗੇ, ਉਸ ਤੋਂ ਬਾਅਦ ਮੇਰੇ ਮੋਮ ਡੈਡ ਨੂੰ ਨਹੀਂ ਪਤਾ, ਉਹਨਾਂ ਨੂੰ ਦੱਸੂਗਾ ਮੈਂ, ਸਰਪ੍ਰਾਈਜ਼ ਦਊਂਗਾ। ਯਾਰ ਇੱਥੇ ਕੋਈ ਵੀ ਦੱਸ ਕੇ ਨਹੀਂ ਆਇਆ ਹੋਇਆ ਕਿ ਮੈਂ 2 ਲੱਖ ਰੁਪਏ ਵਾਸਤੇ ਚੱਲਾ ਹੋਇਆ, ਹਰ ਪਾਰਟੀਸਪੇਟ ਕਰ ਰਿਹਾ ਹੈਗਾ, ਸਾਰੇ ਕਹਿੰਦੇ ਇੱਦਾਂ ਹੀ ਆਏ ਹੋਏ ਆ। ਐਕਚੁਲੀ ਸਾਰੇ ਸਰਪ੍ਰਾਈਜ਼ ਦੇਣਾ ਚਾਹੁੰਦੇ ਹੈ ਨਾ ਆਪਣੇ ਪੇਰੈਂਟਸ ਨੂੰ।